ਲਿਖਦੇ ਨੇ ਸਿਵਰਾਜਬੀਰ ਕਿ ਕਰੋੜਾਂ ਦੇ ਸਵਾਸੀਆਂ ਲਈ 2020-21 ਦਾ ਵਹਾਂ ਖੇਤੀ ਕਾਨੂੰਨਾ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਉਹਨਾਂ ਦੀਆਂ ਜ਼ਿੰਦਗੀਆਂ ਦਾ ਯਾਦਗਾਰੀ ਤੇ ਉਮੀਦਾਂ ਨਾਲ ਭਰਪੂਰ ਵਹਾਂ ਹੈ। ਇਹ ਯਾਦਗਾਰੀ ਹੋ ਨਿਬੜਿਆ। ਦਿੱਲੀ ਦੀਆਂ ਬਰੂਹਾ ਤੇ ਇਸ ਅੰਦੋਲਨ ਨੂੰ ਅੱਜ ਇੱਕ ਵਹਾਂ ਪੂਰਾ ਹੋ ਗਿਆ ਹੈ। ਕਈ ਦਹਾਕਿਆਂ ਤੋਂ ਦੇਸ਼ ਵਿੱਚ ਅਜਿਹਾ ਅੰਦੋਲਨ ਨਹੀਂ ਸੀ ਉਗਿਆ। ਪਾਰਤ ਵਿੱਚ ਜਿਹੜਾ ਕਰੋੜਾਂ ਲੋਕਾਂ ਨੂੰ ਸਾਂਝੀ ਵਾਲਤਾ ਅਤੇ ਆਸਾਂ ਉਮੀਦਾਂ ਨੂੰ ਪੁਨਰਜੀਵਤ ਕਰਨ ਵਾਲੇ ਸੰਸਾਰ ਵਿੱਚ ਪ੍ਰਵੇਸ਼ ਕਰਾ ਸਕਦਾ ਇਹ ਅਦਭੁਤ 크ਿਸਮਾਸ ਕਿ ਕਰੋੜਾਂ ਦਿਲਾਂ ਦੇ ਦਿਲ ਪੰਜਾਬ ਦੀ ਧਰਤੀ ਤੋਂ ਉਦਾ ਹੋਏ ਅਤੇ ਹਰਿਆਣਾ ਉੱਤਰ ਪ੍ਰਦੇਸ਼ ਦੇਸ਼ ਦੇ ਹੂਰ ਸੂਬਿਆਂ ਵਿੱਚ ਫੈਲੇ ਇਸ ਅੰਦੋਲਨ ਨਾਲ ਇੰਨੀ ਤੀਬਰਤਾ ਡੁੰਗਾਈ ਨਾਲ ਇੰਜ ਜੁੜ ਗਏ ਕਿ ਉਹ ਸਿੰਗੂ ਟਿਕਰੀ ਗਾਜੀਪੁਰ ਅਤੇ ਧਰਨਿਆਂ ਵਾਲੇ ਹੋਰ ਸਥਾਨਾਂ ਤੋਂ ਆਉਂਦੀਆਂ ਖਬਰਾਂ ਦੇ ਨਾਲ-ਨਾਲ ਟੜਕਣ ਲੱਗੇ ਟੜਕਣ ਟੜਕਣ ਮੋਰਚਾ ਤੋਂ ਆਉਂਦੀ ਹਰ ਚੰਗੀ ਖਬਰ ਭਾਰਤ ਵਿੱਚ ਜਮਹੂਰੇ ਦੀ ਲੋ ਨੂੰ ਉੱਚੀਆਂ ਕਰਦੀ ਗਈ ਉੱਚੀਆਂ ਉੱਚੀਆਂ ਕਰਦੀ ਗਈ ਹੋਰ ਉੱਚੀਆਂ ਹੋਰ ਉੱਚੀਆਂ ਤੇ ਲੋਕ ਇਹਨਾਂ ਸਥਾਨਾਂ ਵੱਲ ਇਉਂ ਤਾਏ ਜਿਵੇਂ ਉਹ ਤੀਰਥ ਸਥਾਨਾਂ ਦੀ ਯਾਤਰਾ ਕਰ ਰਹੇ ਹੋਣ ਕਿਸਾਨਾਂ ਦੇ ਸੰਘਰਸ਼ ਨੇ ਤੀਰਥ ਸਿਰਜੀ ਅਤੇ ਦੇਸ਼ ਵਾਸੀਆਂ ਦੀਆਂ ਜਿੰਦੜੀਆਂ ਨੂੰ ਨਵੇਂ ਅਰਥ ਦਿੱਤੇ। ਜਮਹੂਰੀਅਤ, ਸਾਂਝੀ ਵਾਲਤਾ ਤੇ ਹੱਕ ਸੱਚ ਲਈ ਲੜਾਈ ਦੇ ਉਹ ਅਰਥ ਜਿਹੜੇ ਲੋਕਾਂ ਦੀ ਜ਼ਿੰਦਗੀ 'ਚੋਂ ਗੁੰਮ ਹੋ ਰਹੇ ਸਨ ਗੁੰਮ। ਅਜਹੀ ਭਾਵਨਾਤਮਕ ਅਤੇ ਬੁੱਧਕ ਸਾਂਝੀ ਵਾਲਤਾ ਦੇਸ਼ ਨੂੰ ਕਈ ਦਹਾਕਿਆਂ ਤੋਂ ਨਸੀਬ ਨਹੀਂ ਸੀ ਹੋਈ। ਸਵਰਾਜ ਵੀਰ ਲਿਖਦੇ ਨੇ ਕਿ ਇੱਕ ਕਿਸਾਨਾ ਅਤੇ ਕਿਸਾਨ ਜਥੇਬੰਦੀਆਂ ਦੀ ਏਕਤਾ ਤੇ ਸੂਝ ਕਾਰਨ ਸੰਭਵ ਹੋਇਆ ਹੈ ਕਿਸਾਨਾਂ ਨੇ ਮਾਨਵਤਾ ਅਤੇ ਮਨੁੱਖੀ ਪ੍ਰੇਮ ਦੀ ਝੋਕਦਾ ਨਵਾਂ ਕਿੱਸਾ ਲਿਖਿਆ ਹੈ ਨਵਾਂ ਨਵਾਂ ਕਿੱਸਾ ਜਿਹੜਾ ਸਦਾ ਯਾਦ ਰੱਖਿਆ ਜਾਵੇਗਾ ਉਹਨਾਂ ਅੰਦਰਲੇ ਫਿਰਹਾਦਾ ਨੇ ਸੱਤਾ ਅਤੇ ਕਾਰਪੋਰੇਟੀ ਤਾਕਤ ਦੇ ਬਾਹਰ ਨੂੰ ਤੋੜਿਆ ਚੱਕਣਾ ਚੂਰ ਕੀਤਾ ਅਤੇ ਸੱਚ ਦੀ ਨਦੀ ਨੂੰ ਲੋਕਾਈ ਦੇ ਦਿਲਾਂ ਵਿੱਚ ਵਹਿਣ ਦਾ ਰਾਹ ਦਿਖਾਇਆ ਹੈ ਸੱਤਾ ਤੇ ਕਾਰਪੋਰੇਟੀ ਤਾਕਤ ਅਤੇ ਵਿਰਤਾਂਤ ਵਿੱਚ ਸੰਨ ਲਾਉਣ ਤੋਂ ਪਹਿਲਾਂ ਕਿਸਾਨ ਅੰਦੋਲਨ ਨੇ ਸੰਨ 2020 ਵਿੱਚ ਕੋਵਿਡ-19 ਦੀ ਮਹਾਮਾਰੀ ਅਤੇ 24 ਮਾਰਚ ਨੂੰ ਅਚਨਚੇਤ ਐਲਾਨੇਗੀ ਤਾਲਾਬੰਦੀ ਕਾਰਨ ਪੈਦਾ ਹੋਈ ਉਪਰਾਮਤਾ ਅਤੇ ਉਦਾਸੀ ਦੇ ਜਮੂਦ ਨੂੰ ਵੀ ਤੋੜਿਆ ਸੀ ਪੰਜਾਬ ਲਗਭਗ ਦੂਧ ਹਾਕਿਆਂ ਤੋਂ ਨਸ਼ਿਆਂ ਦੇ ਫੈਲਾਓ ਬੇਰਜਗਾਰੀ ਅਤੇ ਰਿਸ਼ਵਤਖੋਰੀ ਦੇ ਜੰਜਾਲ ਵਿੱਚ ਫਸਿਆ ਹੋਇਆ ਹੈ ਲੋਕਾਂ ਦੀ ਮਜੂਸੀ ਦਾ ਇਹ ਆਲਮ ਸੀ ਕਿ ਉਹਨਾਂ ਨੂੰ ਪੰਜਾਬ ਵਿੱਚ ਆਪਣਾ ਭਵਿੱਖ ਦਿਖਾਈ ਨਹੀਂ ਸੀ ਦਿੰਦਾ ਅਤੇ ਉਹ ਮਹਿਸੂਸ ਕਰਦੇ ਸਨ ਕਿ ਇਸ ਉਦਾਸੀ ਅਤੇ ਬੇਗਾਨਗੀ ਤੋਂ ਨਿਕਲਣ ਦਾ ਇੱਕੋ ਇੱਕ ਰਾਹ ਪ੍ਰਵਾਸ ਹੈ ਬਾਹਰਲਾ ਮੁਲਕ ਬਾਹਰਲਾ ਕੰਟਰੀ ਬਾਹਰਲਾ ਦੇਸ਼ ਹੋਰ ਕੋਈ ਜਗਾ ਪ੍ਰਵਾਸ ਪ੍ਰਵਾਸ ਅਜੇ ਵੀ ਪੰਜਾਬੀਆਂ ਦਾ ਸੁਪਨਾ ਹੈ ਪਰ ਕਿਸਾਨ ਅੰਦੋਲਨ ਨੇ ਉਹਨਾਂ ਦੇ ਮਨਾਂ ਵਿੱਚ ਅਜਹੀ ਜਮਹੂਰੀ ਰੂਹ ਫੂਕੀ ਹੈ ਕਿ ਉਹ ਜ਼ਿੰਦਗੀ ਨੂੰ ਨਵੇਂ ਆਸ ਭਰਪੂਰ ਦ੍ਰਿਸ਼ਟੀਕੋਣ ਤੋਂ ਦੇਖਣ ਲੱਗ ਪਏ ਹਨ ਪੰਜਾਬੀਆਂ ਦੀ ਸਿਆਸਤ ਸਭਿਆਚਾਰ ਸਮਾਜ ਵਿਰਸੇ ਅਤੇ ਜੀਵਨ ਜਾਂਚ ਪ੍ਰਤੀ ਪਹੁੰਚ ਵਿੱਚ ਸਕਾਰਾਤਮਕ ਤਬਦੀਲੀਆਂ ਆਈਆਂ ਹਨ ਅੰਦੋਲਨ ਦੀ ਮਹਾਨ ਸਫਲਤਾ ਪਿੱਛੇ ਸਿੱਖ ਗੁਰੂਆਂ ਦੁਆਰਾ ਪੰਜਾਬੀ ਸਮਾਜ ਵਿੱਚ ਪੈਦਾ ਕੀਤੀ ਗਈ ਯਮਹੂਰੀਅਤ ਨੇ ਅਹਿਮ ਭੂਮਿਕਾ ਨਿਭਾਈ ਹੈ ਪੰਜਾਬੀ ਪਹਿਲਾਂ ਵੀ ਜ਼ਬਰ ਜ਼ੁਲਮ ਵਿਰੁੱਧ ਲੜਦੇ ਆਏ ਸਨ ਪਰ ਸਿੱਖ ਗੁਰੂਆਂ ਦੇ ਸਾਂਝੀ ਵਾਲਤਾ ਸਮਾਜਿਕ ਬਰਾਬਰੀ ਅਤੇ ਅਨਿਆਂ ਨਾ ਸਹਿਣ ਦੇ ਸੰਦੇਸ਼ ਨੇ ਪੰਜਾਬ ਦੀ ਨਾਬਰੀ ਦੀ ਰਵਾਇਤ ਨੂੰ ਇੱਕ ਨਵੇਂ ਸੰਘਰਸ਼ਮਈ ਨੈਣ ਨਕਸ਼ ਦਿੱਤੇ 18ਵੀਂ ਸਦੀ ਦੇ ਸਿੱਖ ਸੰਘਰਸ਼ ਨੇ ਪੰਜਾਬ ਵਿੱਚ ਪੰਜਾਬੀਆਂ ਦਾ ਆਪਣਾ ਰਾਜ ਬਣਾਉਣ ਦਾ ਰਾਹ 모ਕਲਾ ਕੀਤਾ ਸੀ ਬਾਅਦ ਵਿੱਚ ਲੇਖਕ ਕਹਿੰਦੇ ਨੇ ਕੂਕਾ ਲਹਿਰ ਪਗੜੀ ਸੰਭਾਲ ਜਟਾ ਲਹਿਰ ਭਗਤ ਸਿੰਘ ਨਾਲ ਸੰਬੰਧਿਤ ਲਹਿਰ ਗਦਰ ਲਹਿਰ ਜਲਿਆਂ ਵਾਲੇ ਬਾਗ ਨਾਲ ਜੁੜੇ ਸੰਘਰਸ਼ ਗੁਰਦੁਆਰਾ ਸੁਧਾਰ ਲਹਿਰ ਬਬਰ ਅਕਾਲੀ ਲਹਿਰ ਕਿਸਾਨ ਮੋਰਚਿਆਂ ਤੇ ਹੋਰ ਸੰਘਰਸ਼ਾਂ ਨੇ ਨਾਵ੍ਰੀਦੀ ਇਸ ਰਵਾਇਤ ਨੂੰ ਸੰਜਿਆ ਅਤੇ ਬਲਵਾਨ ਕੀਤਾ ਪੰਜਾਬ ਦਾ ਇਤਿਹਾਸ ਹਮੇਸ਼ਾ ਆਦਰਸ਼ਕ ਨਹੀਂ ਰਿਹਾ ਬਾਕੀ ਖੇਤਿਆਂ ਦੇ ਇਤਿਹਾਸ ਵਾਂਗ ਪੰਜਾਬੀ 20 ਅਖਬਾਰ ਲਿਖਦਾ ਹੈ ਕਿ ਫਿਰਕਾ ਪ੍ਰਸਤੀ ਦਾ ਸ਼ਿਕਾਰ ਹੋਏ ਪੰਜਾਬੀ 20 ਫਿਰਕਾ ਪ੍ਰਸਤੀ ਦਾ ਸ਼ਿਕਾਰ ਹੋਏ ਅਤੇ ਸਨ 1947 ਅਤੇ 1984 ਦਾ ਉਹ ਕਤਲੇਆਮ ਤੇ ਵੱਡੇ ਸੰਤਾਪ ਭੋਗੇ ਇਸ ਸਭ ਕੁਝ ਦੇ ਬਾਵਜੂਦ ਪੰਜਾਬੀਆਂ ਨੇ ਜ਼ਬਰਨਸਹਨ ਸਮਾਜਿਕ ਨਿਆਂ ਲਈ ਸੰਘਰਸ਼ ਕਰਨ ਤੇ ਸੰਘਰਸ਼ ਦੌਰਾਨ ਦੁੱਖ ਭੋਗਣ ਦੇ ਜਜ਼ਬਿਆਂ ਨੂੰ ਗਵਾਚਣ ਨਹੀਂ ਦਿੱਤਾ ਨਹੀਂ ਦਿੱਤਾ ਅਤੇ ਇਹ ਭਾਵਨਾਵਾਂ ਮੌਜੂਦਾ ਕਿਸਾਨ ਸੰਘਰਸ਼ ਦੌਰਾਨ ਆਪਣੇ ਪੂਰੇ ਜਲਾਵ ਦੇ ਵਿੱਚ ਦਿਖਾਈ ਦਿੱਤੀਆਂ ਪੂਰੇ ਜਲਾਵ ਦੇ ਵਿੱਚ ਕਾਰਪੋਰੇਟ ਅਤੇ ਸੱਤਾਧਾਰੀ ਸ਼ਕਤੀਆਂ ਦਾ ਹਮਲਾ ਸਮਾਜ ਦਾ ਲਗਾਤਾਰ ਮਾਨਵੀਕਰਨ ਕਰ ਰਿਹਾ ਹੈ ਮਨੁੱਖ ਨੂੰ ਉਸ ਦੀ ਮਨੁੱਖਤਾ ਤੋਂ ਮਹਿਰੂਮ ਕੀਤਾ ਜਾ ਰਿਹਾ ਹੈ ਅਖਬਾਰ ਲਿਖਦਾ ਹੈ ਕਿ ਕਿਸਾਨ ਅੰਦੋਲਨ ਨੇ ਇਸ ਅਮਾਨਵੀ ਕਰਨ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਬਹੁਤ ਸਾਰੇ ਅਰਥ ਸ਼ਾਸਤਰੀਆਂ ਨੂੰ ਅਮਾਨਵੀਕਰਨ ਵਿਰੁੱਧ ਵਿੜੀ ਗਈ ਇਸ ਲੜਾਈ ਦੇ ਮਾਨੇ ਸਮਝ ਨਹੀਂ ਪੈਂਦੇ ਮਨੁੱਖੀ ਜੀਵਨ ਨੂੰ ਕੁੱਲ ਘਰੇਲੂ ਉਤਪਾਦਨ ਵਿਕਾਸ ਦਰ ਅਤੇ ਹੋਰ ਆਰਥਿਕ ਮਾਪ ਤੰਡਾ ਰਹੀ ਨਾਪਦੇ ਹਨ ਮਨੁੱਖ ਦੀ ਮਨੁੱਖਤਾ ਬਰਕਰਾਰ ਰਹੇ ਜਾਣਾ ਨਾ ਉਹਨਾਂ ਨੂੰ ਇਸ ਦੀ ਪਰਵਾਹ ਨਹੀਂ ਅਮੀਰਾਂ ਨੂੰ ਹੋਰ ਅਮੀਰ ਬਣਾਉਂਦੀ ਵਿਕਾਸ ਦਰ ਦਾ ਵਧਣਾ ਹੀ ਉਹਨਾਂ ਦੀ ਤਰਜੀਹ ਹੈ ਕਿਸਾਨ ਅੰਦੋਲਨ ਅਰਥ ਸ਼ਾਸਤਰੀਆਂ ਦੇ ਇਸ ਵਿਰਤਾਂਤ ਵਿਰੁੱਧ ਮਹਾਨ ਮਨੁਵਵਾਦੀ ਵਰਤਾਂਤ ਬਣ ਕੇ ਉਭਰਿਆ ਸਿਆਸੀ ਮਹਰ ਵੀ ਇਸ ਸਫਲਤਾ ਤੇ ਹੈਰਾਨ ਹਨ ਉਹਨਾਂ ਦਾ ਅੰਦਾਜ਼ਾ ਸੀ ਕਿ ਮੌਜੂਦਾ ਸੱਤਾਧਾਰੀ ਪਾਰਟੀ ਕੋਲ ਉਸਾਰੇ ਸਾਧਨ ਤੇ ਵਸੀਲੇ ਮੌਜੂਦ ਹਨ ਜਿਨ੍ਹਾਂ ਨਾਲ ਉਹ ਕਿਸੇ ਵੀ ਉਸ ਅੰਦੋਲਨ ਜਿਹੜਾ ਉਹਨਾਂ ਦੀਆਂ ਨੀਤੀਆਂ ਤੇ ਫੈਸਲਿਆਂ ਦੇ ਵਿਰੁੱਧ ਉਗਮਿਆ ਹੋਵੇ ਨੂੰ ਕੁਚਲ ਸਕਦੀ ਹੈ ਕੁਚਲ ਮਸਲ ਸਕਦੀ ਹੈ ਮਸਲ ਅਖਬਾਰ ਕਹਿੰਦਾ ਹੈ ਕਿ ਇਸ ਸਰਕਾਰ ਨੇ ਨੋਟਬੰਦੀ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ ਕਰਕੇ ਜੰਮੂ ਕਸ਼ਮੀਰ ਦੀ ਦੋ ਕੇਂਦਰ ਸਾਜਿਸ਼ ਪ੍ਰਦੇਸ਼ਾਂ ਵਿੱਚ ਵੰਡ ਨਾਗਰਤਾ ਸੋਧ ਕਾਨੂੰਨ ਸੰਤੀ ਕਾਮਿਆਂ ਦੇ ਹੱਕਾਂ ਨੂੰ ਸੀਮਿਤ ਕਰਨ ਵਾਲੇ ਕਿਰਤ ਕੋਡ ਅਤੇ ਹੋਰ ਕਈ ਅਜਿਹੇ ਫੈਸਲੇ ਕੀਤੇ ਹਨ ਜਿਨ੍ਹਾਂ ਦੀ ਸਿਰਤ ਲੋਕ ਵਿਰੋਧੀ ਅਤੇ ਵੰਡ ਪਾਉ ਸੀ ਤੇ ਅਖਬਾਰ ਲਿਖਦਾ ਹੈ ਕਿ ਇਹਨਾਂ ਫੈਸਲਿਆਂ ਦਾ ਵਿਰੋਧ ਹੋਇਆ ਦਟ ਕੇ ਵਿਰੋਧ ਹੋਇਆ ਨਾਗਰਿਕਤਾ ਸੋਧ ਕਾਨੂੰਨ ਰੁੱਧ ਸ਼ਾਹੀਨ ਬਾਗ ਦੇ ਅੰਦੋਲਨ ਵੀ ਸ਼ੁਰੂ ਹੋਏ ਸ਼ੁਰੂ ਕੀਤਾ ਗਿਆ ਪਰ ਕਿਸੇ ਵਿਰੋਧ ਦੇ ਪਸਾਰ ਅਤੇ ਵੱਡੇ ਅਤੇ ਬਹੁਪਰਤੀ ਨਾ ਬਣ ਸਕੇ ਇਨਾਂ ਸਮਿਆਂ ਵਿੱਚ ਕਿਸਾਨ ਅੰਦੋਲਨ ਦਾ ਸਫਲ ਹੋਣਾ ਅਜਹੀ ਇਤਿਹਾਸਕ ਪ੍ਰਾਪਤੀ ਹੈ ਅਖਬਾਰ ਕਹਿੰਦਾ ਜਿਸ ਨੇ ਸਿਆਸੀ ਮਹਾਰਾ ਨੂੰ ਸੱਤਾਧਾਰੀ ਪਾਰਟੀ ਦੀ ਤਾਕਤ ਵਿੱਚਲੀ ਕਚਿਆਈ ਅਤੇ ਪਰਪਰੇ ਪੰਨਵਲ ਧਿਆਨ ਦੇਣ ਲਈ ਮਜਬੂਰ ਕੀਤਾ ਹੈ ਗੁਰੂ ਨਾਨਕ ਮਹਾਰਾਜ ਗੁਰੂ ਨਾਨਕ ਜੀ ਦੇ ਜਬਰ ਵਿਰੁੱਧ ਸੰਘਰਸ਼ ਨੂੰ ਪ੍ਰੇਮ ਦੀ ਰਾਹ ਦੱਸਦਿਆਂ ਕਿਹਾ ਸੀ ਉਹਨਾਂ ਨੇ ਕਿ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਚੋਤੋ ਪ੍ਰੇਮ ਖੇਲਣ ਚਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਗੁਰੂ ਨਾਨਕ ਮਹਾਰਾਜ ਦਾ ਕਿਸਾਨ ਸੰਘਰਸ਼ ਪ੍ਰੇਮ अनुराग ਸਾਂਝੀ ਵਾਲਤਾ ਦੇ ਰਾਹ ਤੇ ਚੱਲਿਆ ਅਤੇ ਇਸ ਸੰਘਰਸ਼ ਦੌਰਾਨ 670 ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ ਜਾਨਾਂ ਗਈਆਂ ਉਹ ਸੂਰਮਿਆਂ ਦੀ ਮੌਤ ਬਹਾਦਰਾਂ ਦੀ ਮੌਤ ਬਰੇ ਜਿਵੇਂ ਬਾਬਾ ਨਾਨਕ ਜੀ ਨੇ ਕਿਹਾ ਸੀ ਕਿ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨੋ ਇਸ ਸ਼ਾਤਮਈ ਅੰਦੋਲਨ ਨੇ ਨਵੇਂ ਨੈਤਿਕ ਮਿਆਰ ਕਾਇਮ ਕੀਤੇ ਸਤਾਤਾਰੀ ਪਾਰਟੀ ਦੀ ਹੌਮੇ ਭਰੀਏ ਤੇ ਵੰਡਪਾਉ ਸਿਆਸਤ ਨੂੰ ਵੰਗਾਰਿਆ ਹਿੰਮਤ ਖਲੂਸ ਅਤੇ ਹੱਕ ਲਈ ਲੜਨ ਦੇ ਮਾਣਿਆਂ ਨੂੰ ਸੱਚ ਕਰ ਦਿਖਾਇਆ ਹੈ ਉਹ ਅਸਲੀ ਸੂਰਮੇ ਹਨ ਬਹਾਦਰ ਹਨ ਜੋਧੇ ਹਨ ਸੰਤ ਰੈਣ ਕਾ ਕਤਨ ਹੈ ਕਿ ਹਿੰਮਤ ਅੱਗੇ ਫਤਿਹ ਸੁਖਾਲੀ ਜੇ ਕੋਈ ਸੂਰਾ ਹੋਵੇ ਇਹ ਵਰਾ ਕਿਸਾਨਾਂ ਦੀ ਸੂਰਮ ਗਤੀ ਅਤੇ ਜਿੱਤ ਦਾ ਵਰਾ ਹੋ ਨਿਭੜਿਆ ਹੈ ਇਸ ਵਰੇ ਨੇ ਲੋਕਾਈ ਨੂੰ ਅਸਾਂ ਉਮੀਦਾਂ ਅਤੇ ਉਮੰਗਾਂ ਨਾਲ ਸਰਸਾਰ ਕੀਤਾ ਹੈ ਜੇ ਹਰ ਵਰਾ ਅਜਿਹੇ ਸੰਘਰਸ਼ਮਈ ਵਰਾ ਬਣ ਜਾਏ ਤਾਂ ਹਿਆਤੀ ਦਾ ਸਫਰ ਅਰਥ ਭਰਪੂਰ ਅਤੇ ਸਿਰ ਉੱਚਾ ਕਰਕੇ ਤੁਰਨ ਵਾਲਾ ਸਫਰ ਬਣ ਜਾਵੇਗਾ ਲੇਖਕ ਸਨ ਸਵਰਾਜ ਵੀਰ ਅਖਬਾਰ ਪੰਜਾਬੀ ਟਰਬਿਊਨ ਮੈਂ ਤੁਹਾਡਾ دوست ਅਤੇ ਹਸ ਦਿਲਬਾਖ ਸਿੰਘ ਚਾवला ਪੜਦਿਆਂ ਅਕਰਾਂ ਦਾ ਵਾਅਦਾ ਕਾਟਾ ਹੋਇਆ ਹੋਵੇਗਾ ਇਸ ਲਈ ਖੇਮਾ ਦਾ ਜਾਚੇਗਾ